ਉਹ ਇੱਕਦਮ ਉੱਤੇ ਆ ਕੇ ਡਿੱਗੀ ਸਾਡੇ। ਅਸੀਂ ਤਾਂ ਉੱਠ ਗਏ ਦੋਵੇਂ ਜਣੇ ਤੇ ਮਤਲਬ ਕਿ ਬੱਚੇ ਅਲਮਾਰੀ ਦੇ ਥੱਲੇ ਆ ਗਏ ਤੇ ਇਹ ਸ਼ੋਰ ਪਾਉਣ ਲੱਗ ਗਈ ਬਈ ਮਤਲਬ ਕਿ ਮੇਰੇ ਬੱਚੇ ਗਏ ਮੇਰੇ ਬੱਚੇ ਗਏ। ਮੈਂ ਕਿਹਾ ਤੂੰ ਨਾਰਾ ਲਾ ਕੇ ਅਲਮਾਰੀ ਚੁਕਵਾ ਤਾਂ ਕੁਛ ਨਹੀਂ ਹੋਇਆ ਬੱਚਿਆਂ ਨੂੰ। ਪਿਤਾ ਜੀ ਨਾਰਾ ਲਾ ਕੇ ਅਸੀਂ ਅਲਮਾਰੀ ਚੱਕੀ, ਬੱਚਿਆਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਥੱਲੇ ਮਤਲਬ ਸਾਡੇ ਉੱਤੇ ਕੀ ਅਲਮਾਰੀ ਆ ਕੇ ਡਿੱਗੀ ਹੈ। ਇੱਕ ਵਾਰੀ ਜੀ ਬੇਟਾ ਮਾਲਕ ਦੀ ਰਹਿਮਤ ਹੈ ਬੇਟਾ, ਔਰ ਜੋ ਸੇਵਾ ਸਿਮਰਨ ਕਰਦਾ ਮਾਲਕ ਜ਼ਰੂਰ ਖੁਸ਼ੀਆਂ ਬਖਸ਼ਦਾ। ਸੇਵਾ ਸਿਮਰਨ ਕਰਦੇ ਰਹੋ ਬੇਟਾ, ਮਾਲਕ ਤੁਹਾਨੂੰ ਖੁਸ਼ੀਆਂ ਬਖਸ਼ੇ। ਆਸ਼ੀਰਵਾਦ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ ਪਿਤਾ ਜੀ। ਮੈਂ ਸੰਦੀਪ ਇੰਸਾ ਬੁੰਨਾ ਸੇ ਬੋਲ ਰਹਾ ਹੂੰ। ਪਿਤਾ ਜੀ ਆਪਸੇ ਜੁੜਨੇ ਸੇ ਪਹਿਲੇ ਹਮਾਰੇ ਘਰ ਕੀ ਕਿਆ ਸਥਿਤੀ ਥੀ ਯਹ ਵਰਣਨ ਨਹੀਂ ਕਿਆ ਜਾ ਸਕਤਾ ਪਿਤਾ ਜੀ, ਲੇਕਿਨ ਜਬ ਸੇ ਆਪਕਾ ਨਾਮ ਲਿਆ ਪਿਤਾ ਜੀ, ਮੇਰੇ ਪਾਪਾ ਜੀ ਨਾਮ ਲੈਣੇ ਸੇ ਪਹਿਲੇ ਸ਼ਰਾਬ ਪੀਆ ਕਰਤੇ ਥੇ ਔਰ ਘਰ ਮੇ ਮਤਲਬ ਖਾਣ ਪੀਣ ਕੀ ਤੋ ਦੂਰ ਕੀ ਬਾਤ ਪਿਤਾ ਜੀ ਕੁਛ ਵੀ ਨਹੀਂ ਥਾ ਜੀ, ਲੇਕਿਨ ਸਨ 1994 ਮੈਂ ਮਹਿਮਦਪੁਰ ਹੋਈ, ਆਪਕਾ ਨਾਮ ਲਿਆ ਜੀ ਮੇਰੇ ਪਾਪਾ ਜੀ ਨੇ ਜੀ, ਵਹਾਂ ਸੇ ਸ਼ਰਾਬ ਛੋੜ ਦੀ ਜੀ। ਸ਼ਰਾਬ ਛੋੜਨੇ ਕੇ ਬਾਅਦ ਪਿਤਾ ਜੀ ਉਸ ਦਿਨ ਸੇ ਲੇਕਰ ਆਜ ਤੱਕ ਪਿਤਾ ਜੀ ਹਮਾਰੇ ਘਰ ਮੇਂ ਕੋਈ ਕਮੀ ਨਹੀਂ ਹੈ ਜੀ। ਸਭ ਜਹਾਂ ਹਮਾਰੇ ਸਾਈਕਲ ਤੱਕ ਨਹੀਂ ਹੋਤੀ ਥੀ ਪਿਤਾ ਜੀ, ਆਜ ਮੋਟਰਸਾਈਕਲ ਏਕ ਨਹੀਂ ਪਿਤਾ ਜੀ, ਤਿੰਨ ਤਿੰਨ ਮੋਟਰਸਾਈਕਲ ਗਾਡੀ ਅਲੱਗ ਸੇ ਜੀ, ਅਬ ਦੂਸਰੀ ਲੈਣੇ ਕੀ ਔਰ ਸਲਾਹ ਬਣਾ ਰਹੇ ਹਾਂ ਪਿਤਾ ਜੀ। ਇਸੀਲਿਏ ਕਹੋ ਪਿਤਾ ਜੀ, ਸੱਚ ਕਹਤੇ ਹੈ ਕਿਸਮਤ ਖੁੱਲ ਗਈ, ਖੁੱਲ ਗਈ ਆ ਤਕਦੀਰ ਮਾਰੀ, ਜਿਸ ਦਿਨ ਤੇਰੇ ਦਇਆ ਹੋਈ ਹੈ ਬਾਬਾ ਸਰਸਾ ਵਾਲੇ ਤੇਰੀ, ਬਾਬਾ ਸਰਸਾ ਵਾਲੇ ਤੇਰੀ। ਔਰ ਪਿਤਾ ਜੀ ਅਬ ਮੈਂ ਫਲੈਕਸ ਮਸ਼ੀਨ ਲਗਾਉਣੇ ਜਾ ਰਿਹਾ ਥਾ ਪਿਤਾ ਜੀ, ਆਪਕਾ ਆਸ਼ੀਰਵਾਦ ਚਾਹੀਏ ਪਿਤਾ ਜੀ। ਜੀ ਬੇਟਾ ਆਸ਼ੀਰਵਾਦ, ਆਸ਼ੀਰਵਾਦ ਸੁਮਨ ਕਰਤੇ ਰਹਿਣਾ ਬੇਟਾ, ਬਚਨੋ ਪੇ ਰਹਿਣਾ, ਭਗਵਾਨ ਖੁਸ਼ੀ ਬਖਸ਼ੇ। ਆਸ਼ੀਰਵਾਦ ਘਰ ਮੇ ਖਾਣਾ ਵਗੈਰਾ ਸੁਮਨ ਕਰਕੇ ਬਣਾਓ, ਬਚਨੋ ਪੇ ਰਹੋ। ਧੰਨ ਧੰਨ ਸਤਿਗੁਰੂ, ਤੇਰਾ ਹੀ ਆਸਰਾ। ਮੇਰੇ ਪਿਆਰੇ ਪਿਤਾ ਜੀ, ਮੇਰਾ ਨਾਮ ਸਤਨਾਮ ਸਿੰਘ, ਮੈਂ ਫਿਰੋਜ਼ਪੁਰ ਜ਼ਿਲ੍ਹਾ ਦਾ ਰਹਿਣ ਵਾਲਾ ਜੀ ਅਤੇ ਤਲਵੰਡੀ ਬਲਾਕ ਜੀ ਸਾਡਾ। ਪਿਤਾ ਜੀ ਪਹਿਲੇ 15-20 ਦਿਨ ਤੋਂ ਮੈਨੇ HIV ਟੈਸਟ ਕਰਵਾਇਆ ਸੀ ਪਿਤਾ ਜੀ, 1 negative ਹੈ, ਪੋਜ਼ਿਟਿਵ ਆਇਆ ਸਰ। ਪਿਤਾ ਜੀ ਗੱਲ ਇੱਦਾਂ ਜੀ, ਇਹ ਤੁਹਾਨੂੰ ਪਤਾ ਹੀ ਹੈ ਕਿ ਤੁਸੀਂ ਵੀ ਜਾਣੀ ਜਾਣ ਹੋ, ਇਸ ਬਿਮਾਰੀ ਦਾ ਕਿਤੇ ਵੀ ਹੱਲ ਨਹੀਂ ਹੈਗਾ। ਅਤੇ ਮੈਨੂੰ ਡਾਕਟਰਾਂ ਨੇ ਕਿਹਾ ਸੀ ਕਿ 32,000 ਰੁਪਏ ਦਾ, 32 ਲੱਖ ਰੁਪਏ ਦਾ ਇਲਾਜ ਹੈ। ਮੈਂ ਗਰੀਬ ਆਦਮੀ ਹਾਂ ਜੀ, ਮੇਰੇ ਘਰ ਵਾਲੀ ਨੂੰ ਵੀ ਹੈ, ਮੈਨੂੰ ਵੀ ਹੈ, ਅਸੀਂ ਇਲਾਜ ਨਹੀਂ ਕਰ ਸਕਦੇ ਜੀ। ਪਿਤਾ ਜੀ ਸਾਨੂੰ ਆਸ਼ੀਰਵਾਦ ਦਿਓ, ਸਾਡੀ ਇਹ ਬਿਮਾਰੀ ਨੈਗੇਟਿਵ ਹੋ ਜਾਵੇ। ਧੰਨ ਧੰਨ ਸਤ, ਦਿਨ ਰਾਤ ਸਿਮਰਨ ਕਰੋ ਬੇਟਾ, ਔਰ ਐਡਮ ਬਲੋਕ ਜੀ ਡਾਕਟਰ ਨੈਨਨ ਸਾਹਿਬ ਉਹਨਾਂ ਨੂੰ ਮਿਲੋ। ਪਿਤਾ ਜੀ ਧੰਨ ਧੰਨ ਸਤਿਗੁਰੂ, ਤੇਰਾ ਆਸਰਾ ਪਿਤਾ ਜੀ। ਪਿਤਾ ਜੀ ਗੁਲਜ਼ਾਰੀ ਇਨਸਾਂ ਸਿਰਸਾ ਤੋਂ ਬੋਲ ਰਿਹਾ ਪਿਤਾ ਜੀ, ਇੱਕ ਕ੍ਰਿਸ਼ਮਾ ਸੁਣਾਉਣਾ ਜੀ, ਇੱਕ ਬੱਚੇ ਦੇ ਬਾਰੇ ਗੱਲ ਕਰਨੀ ਹੈ ਜੀ। ਕ੍ਰਿਸ਼ਮਾ ਇਸ ਤਰ੍ਹਾਂ ਪਿਤਾ ਜੀ, ਮੇਰੀ ਬਿਟੀਆ 4 ਸਾਲ ਦੀ ਸੀ ਜੀ, ਔਰ ਉਹਨੂੰ ਦਵਾਈ ਰਿਐਕਸ਼ਨ ਕਰ ਗਈ ਜੀ। ਆਮ ਇੱਥੇ ਡਾਕਟਰ ਨੂੰ ਦਿਖਾਇਆ ਜੀ, ਉਹਨਾਂ ਨੇ ਇੰਜੈਕਸ਼ਨ ਲਗਾਇਆ ਔਰ ਦਵਾਈ ਰਿਐਕਸ਼ਨ ਕਰ ਗਈ ਜੀ। ਉਹਦੇ ਬਾਅਦ ਖੁਰਾਣਾ ਹੋਸਪਿਟਲ ਦੇ ਰੱਖਿਆ ਪਿਤਾ ਜੀ, ਔਰ ਖੁਰਾਣਾ ਨੇ ਜਵਾਬ ਦੇ ਦਿਆ ਜੀ। ਔਰ ਫਿਰ ਮੇਰੀ ਮੰਮੀ ਜੀ ਆਏ ਪਿੰਡੋਂ, ਕਹਿਣ ਲੱਗੇ ਆਪਾਂ ਪਿਤਾ ਜੀ ਦੇ ਦਰਸ਼ਨ ਕਰਵਾ ਕੇ ਲੈਣੇ ਆ ਜੀ। ਤਾਂ ਡਾਕਟਰ ਸਾਹਿਬ ਦੇ ਪਾਸ ਗਏ, ਉਹਨੂੰ ਪੁੱਛਿਆ ਜੀ ਅਸੀਂ ਸੱਚੇ ਸੌਦੇ ਗੁੜੀਆਂ ਨੂੰ ਲੈ ਕੇ ਜਾਣਾ ਜੀ। ਤਾਂ ਡਾਕਟਰ ਸਾਹਿਬ ਕਹਿੰਦੇ ਵੀ ਲੈ ਜਾਓ। ਜਦੋਂ ਪਿਤਾ ਜੀ 9 ਵਜੇ ਦਾ ਟਾਈਮ ਸੀ ਜੀ, ਅਸੀਂ 3-wheeler ਕੀਤਾ ਜੀ ਔਰ ਇੱਧਰ ਦਰਬਾਰ ਆ ਗਏ ਜੀ। ਔਰ ਆਪ ਜੀ ਕਾਰ ਚੈੱਕ ਕਰ ਰਹੇ ਸੀ, 9:30 ਵਜੇ ਦਾ ਟਾਈਮ ਸੀ ਪਿਤਾ ਜੀ। ਆਪ ਜੀ ਨੇ ਪੁੱਛਿਆ ਵੀ ਬੇਟਾ ਕੀ ਗੱਲ ਹੋ ਗਈ, ਵੀ ਕੁੜੀ ਚੱਲ ਗਈ। ਅਸੀਂ ਕਹਿੰਦੇ ਪਿਤਾ ਜੀ ਦਵਾਈ ਰਿਐਕਸ਼ਨ ਕਰ ਗਈ ਜੀ। ਤਾਂ ਆਪ ਜੀ ਨੇ ਕਿਹਾ, 2 ਮਿੰਟ ਲਈ ਆਪ ਚੁੱਪ ਰਹੇ ਜੀ। ਆਪ ਜੀ ਨੇ ਕਿਹਾ ਵੀ ਬੇਟਾ ਜਲਦੀ ਤੋਂ ਜਲਦੀ ਇਸ਼ਾਰ ਲੈ ਜਾਓ ਜੀ। ਔਰ ਆਪ ਜੀ ਨੇ ਪ੍ਰਸ਼ਾਦ ਦਿੱਤਾ ਜੀ, ਔਰ ਗੇਟ ਤੋਂ ਜਾਂਦੀ ਜੀ ਗੁੜੀਆ 15 ਦਿਨ ਹੋ ਗਏ ਬੋਲੀ ਨਹੀਂ ਸੀ ਜੀ, ਉਹ ਪ੍ਰਸ਼ਾਦ ਦਿੱਤਾ ਜੀ। ਔਰ ਕਹਿਣ ਲੱਗੀ ਪਾਪਾ ਜੋ ਪਿਤਾ ਜੀ ਨੇ ਪ੍ਰਸ਼ਾਦ ਦਿੱਤਾ ਉਹ ਮੈਨੂੰ ਦੇ ਦਿਓ। ਤਾਂ ਅਸੀਂ ਪ੍ਰਸ਼ਾਦ ਦਿੱਤਾ ਜੀ, ਔਰ ਬਿਲਕੁਲ ਹੀ ਤੰਦਰੁਸਤ ਹੋ ਗਈ। ਉਸ ਤੋਂ ਬਾਅਦ ਪਿਤਾ ਜੀ ਇਸ਼ਾਰ ਆਪ ਜੀ ਅੰਦਰ ਜੋ ਕਹੇ ਸੀ ਪਿਤਾ ਜੀ, ਉੱਥੇ 3 ਦਿਨ ਐਡਮਿਟ ਰੱਖਿਆ ਜੀ। ਔਰ ਬਿਟਿਆ ਬਿਲਕੁਲ ਠੀਕ ਠਾਕ ਹੈ ਜੀ, ਕੋਈ ਦਿੱਕਤ ਨਹੀਂ ਮਾਲਕ। ਹਾਂ ਤੁਸੀਂ ਬਚਾਉਣ ਵਾਲੇ ਪਿਤਾ ਜੀ, ਤੁਸੀਂ ਕਰਨ ਵਾਲੇ ਜੀ। ਔਰ ਬੱਚੇ ਦੇ ਬਾਰੇ ਗੱਲ ਹੈ ਜੀ, ਗ੍ਰੀਨੈਸਟ ਬੱਚਾ ਲੰਗਰ ਦੀ ਘਰ ਸੇਵਾ ਕਰਦਾ ਹੈ ਪੱਕੀ ਸਮਿਤੀ ਜੀ। ਔਰ ਇੱਥੇ ਜੀ ਬਲੱਡ ਹਰ 3 ਮਹੀਨੇ ਬਾਅਦ ਦੇਣ ਆਉਂਦਾ ਜੀ ਹੋਸਪਿਟਲ ਜੀ, ਔਰ 6 ਵਾਰ ਬਲੱਡ ਇਸ ਤੋਂ ਪਹਿਲਾਂ ਦੇ ਚੁੱਕਿਆ ਜੀ। ਔਰ ਇਸ ਇਤਵਾਰ ਪਿਛਲੇ ਇਤਵਾਰ ਦੀ ਗੱਲ ਹੈ ਜੀ, ਇਹ ਬਲੱਡ ਦੇਣ ਗਿਆ ਤਾਂ ਕਹਿਣ ਲੱਗੇ ਡਾਕਟਰ ਸਾਹਿਬ ਵੀ ਤੇਰੇ ਬਲੱਡ ਦੇ ਵਿੱਚ ਪੀਲੀਆ ਹੈ ਜੀ, ਔਰ ਚੈੱਕ ਕਰਾਉਣਾ ਪਏਗਾ ਜੀ। ਔਰ ਇਹ ਕਹਿਣ ਲੱਗੇ ਪਾਪਾ ਜੀ ਵੀ ਇਸ ਤਰ੍ਹਾਂ ਕਰਕੇ ਡਾਕਟਰ ਸਾਹਿਬ ਕਹਿੰਦੇ ਨੇ, ਤੇ ਮੈਂ ਕਿਹਾ ਕੋਈ ਗੱਲ ਨਹੀਂ ਰਿਪੋਰਟਾਂ ਕਰਾਓ। ਰਿਪੋਰਟਾਂ ਕਰਾਈਆਂ ਜੀ, ਜੋ ਡੇਰੇ ਵੀ ਰਿਪੋਰਟਾਂ ਹੋਈਆਂ ਤਾਂ ਸ਼ਹਿਰ 'ਚ ਵੀ ਹੋਈਆਂ ਜੀ, ਨੋਰਮਲ ਆਈਆਂ ਜੀ। ਫਿਰ ਡੇਰੇ ਵਾਲੇ ਡਾਕਟਰ NK ਸ਼ਰਮਾ ਕਹਿਣ ਲੱਗੇ ਵੀ ਇੱਕ ਐਂਟੀ ਰਿਪੋਰਟ ਹੋਰ ਕਰਾਉਣੀ ਹੈ ਜੀ, ਉਹ ਦਿੱਲੀ ਤੋਂ ਹੋ ਕੇ ਆਏਗੀ ਜੀ। ਤਾਂ ਉਹ ਪਿਤਾ ਜੀ ਕੱਲ੍ਹ ਰਿਪੋਰਟ ਆ ਗਈ ਜੀ, ਉਹਦੇ 'ਚ ਕਹਿੰਦੇ ਨੇ ਹਲਕਾ ਹੈਗਾ ਜੀ। ਔਰ ਬੇਟਾ ਜੀ ਤੁਸੀਂ ਮੇਰ ਕਰਨੀ ਹੈ ਜੀ, ਜੋ ਕਰਨਾ ਤੁਸੀਂ ਕਰਨਾ ਬੇਟਾ ਜੀ। ਘਬਰਾਓ ਨਾ ਬੇਟਾ, ਸਿਮਰਨ ਕਰੋ, ਔਰ ਤੁਸੀਂ ਆਪਣੇ ਡਾਕਟਰਾਂ ਦੀ ਰਾਏ ਲੈ ਲਓ, ਐਡਮ ਬਲੋਕ 'ਚ ਮਿਲ ਲਓ, ਅਗਰ ਕੋਈ ਮਾੜਾ ਮੋਟਾ ਹੈ ਤਾਂ ਕਈ ਦੇਸੀ ਦਵਾਈਆਂ ਵੀ ਹੈ, ਸਿਮਰਨ ਕਰੋ, ਘਬਰਾਓ ਨਾ।